ਕਿਉ ਸਤ ਸ੍ਰੀ ਅਕਾਲ ਨਮਸਕਾਰ ਸਲਾਮ ਮੈਂ ਤੁਹਾਡਾ ਆਪਣਾ ਗੁਰਮੇਲ ਸਿੰਘ ਸਾਗੂ ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੱਲਰ ਜ਼ਿਲ੍ਹਾ ਸ਼ਿਰੀ ਮੁਕਤਸਰ ਸਾਹਿਬ ਤੋਂ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ 7ਵੀਂ ਜਮਾਤ ਦਾ ਸਮਾਜਿਕ ਸਿੱਖਿਆ ਦਾ ਪਾਠ ਨੰਬਰ 21 ਲੋਕਤੰਤਰ ਅਤੇ ਸਮਾਨਤਾ ਬੱਚਿਓ ਇਹ ਪਾਠ ਆਪਾਂ ਪਹਿਲਾਂ ਇੱਕ ਵੀਡੀਓ ਰਾਹੀਂ ਪੜ ਚੁੱਕੇ ਹਾਂ ਅੱਜ ਅਸੀਂ ਇਸ ਦੀ ਦੁਹਰਾਈ ਕਰਾਂਗੇ ਇਸ ਦੁਹਰਾਏ ਦੇ ਦੌਰਾਨ ਪਹਿਲਾਂ ਮੈਂ ਇਸ ਪਾਠ ਦੇ ਕੁਝ ਮੁੱਖ ਨੁਕਤੇ ਮੇਨ ਪੁਆਇੰਟਸ ਤੁਹਾਡੇ ਨਾਲ ਸਾਂਝਾ ਕਰਾਂਗਾ ਉਸ ਤੋਂ ਬਾਅਦ ਇਸ ਪਾਠ ਉੱਤੇ ਆਧਾਰਿਤ ਕੁਝ ਐਕਸਰਸਾਈਜ਼ ਪ੍ਰਸ਼ਨ ਉਤਰਾਂ ਦੇ ਰੂਪ ਵਿੱਚ ਖਾਲੀ ਥਾਵਾਂ ਦੇ ਰੂਪ ਵਿੱਚ ਸਹੀ ਗਲਤ ਦੇ ਰੂਪ ਵਿੱਚ ਜਾਂ ਐਮਸੀਕਿਊ ਦੇ ਰੂਪ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਆਪਾਂ ਨਾਲ ਨਾਲ ਉਹਨਾਂ ਦੇ ਉੱਤਰ ਜਿਹੜੇ ਆ ਉਹ ਵੀ ਦੇਖਾਂਗੇ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਇੱਕ ਨੋਟਬੁੱਕ ਜੰ ਕਾਪੀ ਅਤੇ ਪੈਨ ਜਾਂ ਪੈਨਸਲ ਵੀ ਆਪਣੇ ਕੋਲ ਰੱਖੋ ਤਾਂ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੇ ਕੋਲੇ ਨੋਟ ਕਰ ਸਕੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਤਾਂ ਬੱਚਿਓ ਲੋਕਤੰਤਰ ਇਸ ਦੀ ਪਰਿਭਾਸ਼ਾ ਕਿ ਲੋਕਤੰਤਰ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੁੰਦੀ ਹੈ ਇਹ ਪਰਿਭਾਸ਼ਾ ਜਿਨ੍ਹਾਂ ਨੇ ਦਿੱਤੀ ਸੀ ਉਹਨਾਂ ਦੀ ਪਿਕਚਰ ਤੁਹਾਡੇ ਸਕਰੀਨ ਦੇ ਉੱਤੇ ਸਾਹਮਣੇ ਹੈ ਇਹਨਾਂ ਦਾ ਨਾਮ ਕੀ ਹੈ ਇਬਰਾਹਿਮ ਲਿੰਕਨ ਅਮਰੀਕਾ ਦੇ ਰਾਸ਼ਟਰਪਤੀ ਲੋਕਤੰਤਰ ਦੀ ਸ਼ੁਰੂਆਤ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਿ ਲੋਕਤੰਤਰ ਦਾ ਇਤਿਹਾਸ ਲਗਭਗ 2500 ਸਾਲ ਪੁਰਾਣਾ ਹੈ ਯਾਨੀ ਕਿ ਲਗਭਗ 25000 ਸਾਲ ਪੁਰਾਣਾ ਇਤਿਹਾਸ ਹੈ ਇਸ ਦੀ ਸ਼ੁਰੂਆਤ ਯੂਨਾਨ ਦੇ ਸ਼ਹਿਰ ਇਥਨਸ ਵਿੱਚ ਹੋਈ ਸੀ ਜਿੱਥੇ ਲੋਕ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਰਾਜ ਪ੍ਰਬੰਧ ਨਾਲ ਸੰਬੰਧਿਤ ਵਕ-ਵਕ ਫੈਸਲੇ ਲਿਆ ਕਰਦੇ ਸਨ ਬੱਚਿਓ ਇਸ ਤਰ੍ਹਾਂ ਦਾ ਲੋਕਤੰਤਰ ਜਿਸ ਵਿੱਚ ਲੋਕ ਇਕੱਠੇ ਹੋ ਕੇ ਇੱਕ ਸਭਾ ਦੇ ਰੂਪ ਵਿੱਚ ਬੈਠ ਕੇ ਸਲਾਹ مشورہ ਕਰਕੇ ਫੈਸਲੇ ਲੈਂਦੇ ਹਨ ਉਸ ਨੂੰ ਸਿੱਧਾ ਲੋਕਤੰਤਰ ਕਹਿੰਦੇ ਹਨ ਇਸ ਤਰ੍ਹਾਂ ਦਾ ਲੋਕਤੰਤਰ ਦੁਨੀਆ ਵਿੱਚ ਅੱਜ ਸਿਰਫ ਇੱਕ ਦੇਸ਼ ਵਿੱਚ ਮੌਜੂਦ ਹੈ ਉਸ ਦੇਸ਼ ਦਾ ਨਾਮ ਹੈ ਸਵਿਟਜ਼ਰਲੈਂਡ ਆਬਾਦੀ ਵਧਣ ਦੇ ਕਾਰਨ ਜ਼ਿਆਦਾ ਲੋਕਾਂ ਦਾ ਇੱਕ ਜਗ੍ਹਾ ਤੇ ਇਕੱਠ ਕਰਕੇ ਉਨ੍ਹਾਂ ਦਾ ਕਿਸੇ ਇੱਕ ਫੈਸਲੇ ਤੇ ਇਕਮਤ ਹੋਣਾ ਮੁਸ਼ਕਲ ਹੁੰਦਾ ਹੈ ਇਸ ਲਈ ਲੋਕਤੰਤਰ ਦਾ ਅਜੋਕਾ ਰੂਪ ਸਿੱਧੇ ਲੋਕਤੰਤਰ ਤੋਂ ਥੋੜਾ ਜਿਹਾ ਅਲੱਗ ਹੋ ਗਿਆ ਹੈ ਅੱਜ ਕੱਲ ਲੋਕ ਸਿੱਧੇ ਤੌਰ ਤੇ ਫੈਸਲਿਆਂ ਵਿੱਚ ਹਿੱਸਾ ਨਹੀਂ ਲੈਂਦੇ ਬਲਕਿ ਉਹ ਆਪਣੇ ਪ੍ਰਤੀਨਿਧੀ ਚੁਣ ਕੇ ਉਹਨਾਂ ਦੇ ਰਾਹੀਂ ਸਾਰੇ ਫੈਸਲੇ ਕਰਦੇ ਹਨ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਦੇਸ਼ ਦੀ ਸਰਕਾਰ ਚਲਾਉਂਦੇ ਹਨ ਅਤੇ ਸਾਰੇ ਕਾਨੂੰਨ ਬਣਾਉਂਦੇ ਹਨ ਇਸ ਵਜ੍ਹਾ ਕਰਕੇ ਇਸ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰ ਕਿਹਾ ਜਾਂਦਾ ਹੈ। ਯਾਨੀ ਜਦੋਂ ਲੋਕਤੰਤਰ ਲੋਕਾਂ ਦੁਆਰਾ ਸਿੱਧੇ ਰੂਪ ਵਿੱਚ ਨਾ ਚਲਾਉਣ ਦੀ ਬਜਾਏ ਆਪਣੇ ਪ੍ਰਤੀਨਿਧੀਆਂ ਦੇ ਰਾਹੀਂ ਚਲਾਇਆ ਜਾਂਦਾ ਹੈ ਤਾਂ ਇਸ ਨੂੰ ਪ੍ਰਤੀਨਿਧੀ ਲੋਕਤੰਤਰ ਕਹਿ ਦਿੱਤਾ ਜਾਂਦਾ ਹੈ। ਬੱਚਿਓ ਆਧੁਨਿਕ ਲੋਕਤੰਤਰ ਜੋ ਅੱਜ ਅਸੀਂ ਆਪਣੇ ਆਸ-ਪਾਸ ਜਾਂ ਆਪਣੇ ਦੇਸ਼ ਵਿੱਚ ਦੇਖਦੇ ਹਾਂ ਇਸ ਦਾ ਜਨਮ ਯੂਰਪ ਦੇ ਵਿੱਚ ਹੋਇਆ ਸੀ। ਯੂਰਪ ਦੇ ਵਿੱਚ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ 17ਵੀਂ ਸਦੀ ਵਿੱਚ ਕ੍ਰਾਂਤੀ ਆਈ ਉਸ ਤੋਂ ਪਹਿਲਾਂ ਇੰਗਲੈਂਡ ਵਿੱਚ ਤਾਨਾਸ਼ਾਹੀ ਦਾ ਰਾਜ ਸੀ ਤਾਂ ਉਸ ਕ੍ਰਾਂਤੀ ਤੋਂ ਬਾਅਦ ਇਹ ਸੋਚਿਆ ਗਿਆ ਕਿ ਰਾਜ ਕਾਜ ਦੇ ਫੈਸਲਿਆਂ ਵਿੱਚ ਲੋਕਾਂ ਦੀ ਮਰਜ਼ੀ ਵੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਉਸ ਤੋਂ ਅਗਲੀ ਸਦੀ یعنی 18ਵੀਂ ਸਦੀ ਵਿੱਚ ਫਰਾਂਸ ਵਿੱਚ ਵੀ ਕ੍ਰਾਂਤੀ ਆਈ ਤਾਂ ਫਰਾਂਸ ਦੇ ਵਿੱਚ ਵੀ ਲੋਕਾਂ ਨੇ ਇਹ ਮੰਗ ਕੀਤੀ ਕੇ ਰਾਜ ਕਾਨੂੰਨ ਦਾ ਹੋਣਾ ਚਾਹੀਦਾ ਹੈ ਨਾ ਕਿ ਤਾਨਾਸ਼ਾਹੀ ਹੋਣੀ ਚਾਹੀਦੀ ਹੈ ਔਰ ਰਾਜ ਨੂੰ ਕਾਨੂੰਨ ਦੇ ਮੁਤਾਬਕ ਹੀ ਚਲਾਇਆ ਜਾਣਾ ਚਾਹੀਦਾ ਹੈ ਤਾਂ ਇਹਨਾਂ ਦੋ ਕ੍ਰਾਂਤੀਆਂ ਦੇ ਸਦਕਾ ਯੂਰਪ ਦੇ ਵਿੱਚ ਲੋਕਤੰਤਰ ਆਇਆ ਹੁਣ ਅਗਲਾ ਕੰਮ ਸੀ ਪ੍ਰਤੀਨਿਧੀਆਂ ਨੂੰ ਚੁਣਨ ਦਾ ਪ੍ਰਤੀਨਿਧੀਆਂ ਨੂੰ ਚੁਣਨ ਵਾਸਤੇ ਲੋਕਾਂ ਨੂੰ ਵੋਟਾਂ ਦੇਣ ਦਾ ਅਧਿਕਾਰ ਦਿੱਤਾ ਗਿਆ ਵੋਟ ਦੇਣ ਦਾ ਅਧਿਕਾਰ ਪਹਿਲਾਂ ਸਿਰਫ ਕੁਝ ਹੀ ਲੋਕਾਂ ਕੋਲ ਸੀ ਕੁਲੀਨ ਵਰਗ ਦੇ ਜਾਂ ਅਮੀਰ ਲੋਕਾਂ ਕੋਲ ਜਦ ਵੱਡੇ ਲੋਕਾਂ ਕੋਲ ਹੀ ਸੀ ਆਮ ਲੋਕਾਂ ਨੂੰ ਇਹਦੇ ਵਿੱਚ ਭਾਗ ਲੈਣ ਦੇ ਹਿੱਸਾ ਦੀ ਆਗਿਆ ਨਹੀਂ ਹੁੰਦੀ ਸੀ ਪਰ ਬਾਅਦ ਵਿੱਚ ਹੌਲੀ-ਹੌਲੀ ਲੋਕਤੰਤਰ ਦੇ ਵਿੱਚ ਸਾਰੇ ਹੀ ਲੋਕਾਂ ਨੂੰ ਭਾਵੇਂ ਉਹ ਕਿਸੇ ਵੀ ਧਰਮ ਜਾਤ ਜਾਂ ਨਸਲ ਦੇ ਹੋਣ ਭਾਵੇਂ ਉਹ ਮਰਦ ਹੋਣ ਚਾਹੇ ਔਰਤਾਂ ਹੋਣ ਅਮੀਰ ਹੋਣ ਜਾਂ ਗਰੀਬ ਹੋਣ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਪ੍ਰਾਪਤ ਹੋ ਗਿਆ ਸ਼ਰਤ ਸਿਰਫ ਇੱਕ ਰੱਖੀ ਜਾਂਦੀ ਹੈ ਕਿ ਵੋਟ ਪਾਉਣ ਲਈ ਵਿਅਕਤੀ ਦੀ ਉਮਰ ਇੱਕ ਖਾਸ ਹੱਦ ਤੱਕ ਹੋਣੀ ਚਾਹੀਦੀ ਹੈ ਜਿਵੇਂ ਆਪਣੇ ਦੇਸ਼ ਭਾਰਤ ਵਿੱਚ ਇਹ ਉਮਰ ਹੈ 18 ਸਾਲ 18 ਸਾਲ ਦੀ ਉਮਰ ਤੋਂ ਉੱਪਰ ਦੇ ਵਿਅਕਤੀ ਨੂੰ ਬਾਲਗ ਕਿਹਾ ਜਾਂਦਾ ਹੈ ਤਾਂ ਕੋਈ ਵੀ ਬਾਲਗ ਵੋਟ ਪਾ ਸਕਦਾ ਹੈ ਸੋ ਜਦੋਂ ਦੇਸ਼ ਵਿੱਚ ਇਸ ਤਰ੍ਹਾਂ ਵੋਟ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਇਸ ਨੂੰ ਵਿਆਪਕ ಮತ ਅਧਿਕਾਰ ਕਿਹਾ ਜਾਂਦਾ ਹੈ ਹੁਣ ਆਪਾਂ ਲੋਕਤੰਤਰ ਦੇ ਹਰਮਨਤ ਪੈਰਤਾ ਬਾਰੇ ਕੁਝ ਗੱਲਾਂ ਕਰ ਲਈਏ ਕਿ ਲੋਕਤੰਤਰਤਾ ਨਾਲ ਸਾਹੀ ਜਾਂ ਹੋਰ ਰਾਜਾਂ ਨਾਲੋਂ ਜ਼ਿਆਦਾ ਵਧੀਆ ਕਿਉਂ ਮੰਨਿਆ ਜਾਂਦਾ ਹੈ ਤਾਂ ਇਹਦੇ ਵਿੱਚ ਕੁਝ ਪੁਆਇੰਟਸ ਤੁਹਾਡੇ ਸਾਹਮਣੇ ਲਿਖੇ ਹੋਏ ਹਨ ਜਿਦੇ ਵਿੱਚ ਪਹਿਲਾ ਪੁਆਇੰਟ ਹੈ ਕਾਨੂੰਨੀ ਸਮਾਨਤਾ ਯਾਨੀ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹਨ ਦੂਸਰਾ ਪੁਆਇੰਟ ਹੈ ਸੁਤੰਤਰਤਾ ਕਿ ਵਿਅਕਤੀ ਨੂੰ ਕਿਸੇ ਵੀ ਧਰਮ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਚੁਣਨ ਦੀ ਸੁਤੰਤਰਤਾ ਹੈ ਫੈਸਲੇ ਕਰਨ ਦੀ ਕਾਰਜਵਿਧੀ ਯਾਨਕਿ ਲੋਕਤੰਤਰ ਵਿੱਚ ਫੈਸਲੇ ਜਿਹੜੇ ਇੱਕ ਵਿਸ਼ੇਸ਼ ਕਾਰਜਵਿਧੀ ਦੇ ਰਾਹੀਂ ਕੀਤੇ ਜਾਂਦੇ ਹਨ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ ਨਾਗਰਿਕ ਵੋਟਾਂ ਪਾਉਂਦੇ ਹਨ ਆਪਣੇ ਪ੍ਰਤੀਨਿਧੀ ਚੁਣਦੇ ਹਨ ਤੇ ਜੇ ਪ੍ਰਤੀਨਿਧ ਉਹਨਾਂ ਦੇ ਮਰਜ਼ੀ ਦੇ ਅਨੁਸਾਰ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਅਗਲੀਆਂ ਚੋਣਾਂ ਦੇ ਵਿੱਚ ਹਟਾਇਆ ਵੀ ਜਾ ਸਕਦਾ ਹੈ મતਪੇਦ ਦੂਰ ਕਰਨਾ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿੱਚ ਕਿਸੇ ਵੀ ਗੱਲ ਵਾਸਤੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਉਹਨਾਂ ਵਿਚਾਰਾਂ ਨੂੰ ਗੱਲਬਾਤ ਰਾਹੀਂ ਆਪਸੀ મતਭੇਦ ਦੂਰ ਕੀਤੇ ਜਾਂਦੇ ਹਨ ਨਾ ਕਿ ਵੈਰ ਵਿਰੋਧ ਰੱਖਿਆ ਜਾਂਦਾ ਹੈ ਔਰ ਲਾਸਟ ਪੁਆਇੰਟ ਹੈ ਇਹਦੇ ਵਿੱਚ ਮਨੁੱਖੀ ਸ਼ਾਨ ਵਿੱਚ ਵਾਧਾ ਲੋਕਤੰਤਰ ਦੇ ਦੋ ਮੁੱਖ ਸਿਧਾਂਤ ਸ tựਤੰਤਰਤਾ ਅਤੇ ਸਮਾਨਤਾ ਹਨ ਜਿਹੜੇ ਹਰ ਮਨੁੱਖ ਨੂੰ ਬਰਾਬਰ ਦੇ ਅਧਿਕਾਰ ਮਾਨਣ ਦੀ ਖੁੱਲ੍ਹ ਦਿੰਦੇ ਹਨ ਇਸ ਨਾਲ ਮਨੁੱਖਾਂ ਦੀ ਸ਼ਾਨ ਵਿੱਚ ਵਾਧਾ ਹੁੰਦਾ ਹੈ ਤਾਂ ਬੱਚਿਓ ਸੀ ਇਹ ਸੀ ਕੁਝ ਮੇਨ ਪੁਆਇੰਟਸ ਲੋਕਤੰਤਰਤਾ ਅਤੇ ਸਮਾਨਤਾ ਦੇ ਬਾਰੇ ਹੁਣ ਆਪਾਂ ਰਸਟ ਕਰਾਂਗੇ ਤਾਂ ਸਭ ਤੋਂ ਪਹਿਲੀ ਐਕਸਰਸਾਈਜ਼ ਹੈ ਖਾਲੀ ਥਾਵਾਂ ਭਰੋ ਨੰਬਰ 1 ਹੈ ਲੋਕਤੰਤਰ ਡੈਸ਼ ਦੀ ਡੈਸ਼ ਦੁਆਰਾ ਡੈਸ਼ ਲਈ ਸਰਕਾਰ ਹੈ ਤਾਂ ਬੱਚਿਓ ਇਹਨਾਂ ਤਿੰਨਾਂ ਖਾਲੀ ਥਾਵਾਂ ਦੇ ਵਿੱਚ ਇੱਕੋ ਹੀ ਸ਼ਬਦ ਆਉਣਾ ਹੈ ਹਾਂਜੀ ਲੋਕਤੰਤਰ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ ਦੂਸਰਾ ਵਾਕ ਹੈ ਉਪਰੋਕਤ ਸ਼ਬਦ ਡੈਸ਼ ਦੇ ਸੰਨ ਯਾਨਕਿ ਵਾਕ ਨੰਬਰ 1 ਦੇ ਵਿੱਚ ਜਿਹੜਾ ਲਿਖਿਆ ਹੈ ਇਹ ਕਿਸ ਦੇ ਸ਼ਬਦ ਸਨ ਇਬਰਾਹਿਮ ਲਿੰਕਨ ਨੰਬਰ 3 ਜਿਸ ਲੋਕਤੰਤਰੀ ਸਰਕਾਰ ਵਾਲੇ ਰਾਜ ਦਾ ਮੁਖੀ ਚੁਣਿਆ ਹੋਇਆ ਹੋਵੇ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਗਣਰਾਜ ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾ ਮਾਤਰ ਮੁਖੀ ਡੈਸ਼ ਹੈ ਰਾਸ਼ਟਰਪਤੀ ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ ਡੈਸ਼ ਪ੍ਰਕਾਰ ਦੇ ਹੁੰਦੇ ਹਨ ਦੋ ਪ੍ਰਕਾਰ ਦੇ ਅਗਲੀ ਐਕਸਰਸਾਈਜ਼ ਸਹੀ ਜਾਂ ਗਲਤ ਦੱਸੋ ਪਹਿਲਾ ਵਾਕ ਹੈ ਆਧੁਨਿਕ ਲੋਕਤੰਤਰ ਦੀ ਸਥਾਪਨਾ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਈ ਆਧੁਨਿਕ ਲੋਕਤੰਤਰ ਦੀ ਸਥਾਪਨਾ ਇਹ ਵਾਕ ਗਲਤ ਹੈ ਕਿਉਂਕਿ ਇਹ ਯੂਰਪ ਵਿੱਚ ਹੋਈ ਸੀ ਦੂਸਰਾ ਵਾਕ ਹੈ ਜਦੋਂ ਵੋਟ ਪਾਉਣ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਮਿਲ ਜਾਵੇ ਆ ਇਸ ਨੂੰ ਵਿਆਪਕ ਮਤ ਅਧਿਕਾਰ ਕਹਿੰਦੇ ਹਨ ਸਹੀ ਹੈ ਲੋਕਤੰਤਰ ਦਾ ਸਭ ਤੋਂ ਪਹਿਲਾ ਸਿਧਾਂਤ ਕਾਨੂੰਨ ਦਾ ਰਾਜ ਨਹੀਂ ਸੀ ਗਲਤ ਸਭ ਤੋਂ ਪਹਿਲਾ ਸਿਧਾਂਤ ਇਹ ਹੀ ਸੀ ਨੰਬਰ 4 ਭਾਰਤ ਵਿੱਚ ਅਸਿੱਧਾ ਜਾਂ ਪ੍ਰਤੀਨਿਧੀ ਲੋਕਤੰਤਰ ਹੈ ਸਹੀ ਅਗਲੀ ਐਕਸਰਸਾਈਜ਼ ਖਾਲੀ ਥਾਵਾਂ ਪਰੋ ਲੋਕਤੰਤਰ ਦਾ ਆਰੰਭ ਡੈਸ਼ ਦੇ ਸ਼ਹਿਰ ਡੈਸ਼ ਵਿਖੇ ਹੋਇਆ। ਕਿਹੜੇ ਦੇਸ਼ ਦੇ ਵਿੱਚ ਹੋਇਆ ਸੀ? ਯੂਨਾਨ। ਯੂਨਾਨ ਦੇ ਸ਼ਹਿਰ ਏਥንስ ਵਿੱਚ ਲੋਕਤੰਤਰ ਦਾ ਆਰੰਭ ਹੋਇਆ। ਨੰਬਰ 2 ਡੈਸ਼ ਵਿਖੇ ਡੈਸ਼ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ। ਕਿਹੜੇ ਦੇਸ਼ ਵਿੱਚ ਹੈ ਜੀ? ਸਵਿਟਜ਼ਰਲੈਂਡ। ਲੋਕਤੰਤਰ ਦਾ ਇਤਿਹਾਸ ਲਗਭਗ ਡੈਸ਼ ਹਜ਼ਾਰ ਸਾਲ ਪੁਰਾਣਾ ਹੈ। ਨਕਪਕ ਢਾਈ ਹਜ਼ਾਰ ਸਾਲ ਪੁਰਾਣਾ ਯਾਨੀ 2500 ਜਾਂ 2500 ਸਾਲ ਪੁਰਾਣਾ ਸਾਡੇ ਦੇਸ਼ ਭਾਰਤ ਵਿੱਚ ਸਿੱਧਾ ਲੋਕਤੰਤਰ ਨਹੀਂ ਬਲਕਿ ਡੈਸ਼ ਲੋਕਤੰਤਰ ਹੈ ਭਾਰਤ ਵਿੱਚ ਕਿਸ ਤਰ੍ਹਾਂ ਦਾ ਲੋਕਤੰਤਰ ਹੈ ਪ੍ਰਤੀਨਿਧੀ ਲੋਕਤੰਤਰ ਪਾਤ ਦੇ ਲੋਕ ਆਪਾਂ ਵੋਟਾਂ ਪਾ ਕੇ ਆਪਣੇ ਪ੍ਰਤੀਨਿਧੀ ਚੁਣਦੇ ਹਾਂ ਜਿਹੜੇ ਦੇਸ਼ ਦੀ ਸਰਕਾਰ ਚਲਾਉਂਦੇ ਹਨ ਅਗਲੀ ਐਕਸਰਸਾਈਜ਼ ਲੋਕਤੰਤਰ ਦੇ ਸਿਧਾਂਤ ਬੱਚਿਓ ਇਹ ਇੱਕ ਮਾਈਂਡ ਮੈਪ ਹੈ ਇਸ ਮਾਈਂਡ ਮੈਪ ਦੇ ਵਿੱਚ ਕੁਝ ਖਾਲੀ ਥਾਵਾਂ ਹਨ ਜਿਨ੍ਹਾਂ ਨੂੰ ਆਪਾਂ ਭਰਾਂਗੇ ਤਾਂ ਲੋਕਤੰਤਰ ਦੇ ਸਿਧਾਂਤ ਇਹਦੇ ਵਿੱਚ ਚਾਰ ਪੱਟੀਆਂ ਹਰੇ ਰੰਗ ਦੀਆਂ ਪੱਟੀਆਂ ਵਿੱਚ ਲਿਖੇ ਹੋਏ ਹਨ ਇਹਨਾਂ ਨੂੰ ਆਪਾਂ ਪੂਰਾ ਕਰਨਾ ਹੈ ਸਭ ਤੋਂ ਪਹਿਲਾ ਹੈ ਕਾਨੂੰਨ ਦਾ ਡੈਸ਼ ਲੋਕਤੰਤਰ ਦਾ ਪਹਿਲਾ ਸਿਧਾਂਤ ਕੀ ਹੈ ਕਾਨੂੰਨ ਦਾ ਰਾਜ ਦੂਸਰਾ ਸਿਧਾਂਤ ਪ੍ਰਤੀਨਿਧੀਆਂ ਦੀ ਲੋਕਾਂ ਪ੍ਰਤੀ ਡੈਸ਼ ਜ਼ਿੰਮੇਵਾਰੀ ਪ੍ਰਤੀਨਿਧੀਆਂ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਤੀਸਰਾ ਹੈ ਡੈਸ਼ ಮತ ਅਧਿਕਾਰ ਵਿਆਪਕ ಮತ ਅਧਿਕਾਰ ਯਾਨੀ ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਵੋਟ ਪਾਉਣ ਦਾ ਅਧਿਕਾਰ ਅਗਲਾ ਹੈ ਡੈਸ਼ ਅਤੇ ਡੈਸ਼ ਸਮਾਨਤਾ ਦੋ ਤਰ੍ਹਾਂ ਦੀ ਸਮਾਨਤਾ ਹੁੰਦੀ ਹੈ ਲੋਕਤੰਤਰ ਵਿੱਚ ਰਾਜਨੀਤਿਕ ਅਤੇ ਆਰਥਿਕ ਸਮਾਨਤਾ ਹੁਣ ਆਪਾਂ ਅੱਗੇ ਵਧਦੇ ਹਾਂ ਸਹੀ ਜਾਂ ਗਲਤ ਦੱਸੋ ਤਾਂ ਲੋਕਤੰਤਰ ਦੇ ਸਿਧਾਂਤਾਂ ਦੇ ਆਧਾਰ ਉੱਤੇ ਹੈ ਪਹਿਲਾ ਹੈ ਜੀ ਕਾਨੂੰਨ ਦਾ ਰਾਜ ਤੋਂ ਭਾਵ ਹੈ ਕਿ ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਅਨੁਸਾਰ ਚੱਲਦੀ ਹੈ। ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਅਨੁਸਾਰ ਚੱਲਦੀ ਹੈ। ਸਹੀ। ਦੂਸਰਾ ਵਾਕ ਆਰਥਿਕ ਸਮਾਨਤਾ ਤੋਂ ਭਾਵ ਹੈ ਸਰਕਾਰ ਵੱਲੋਂ ਅਮੀਰ ਅਤੇ ਗਰੀਬ ਵਿੱਚ ਫਰਕ ਕਰਨਾ। ਗਲਤ। ਸਮਾਨਤਾ ਦਾ ਅਰਥ ਤਾਂ ਇਹ ਹੁੰਦਾ ਹੈ ਕਿ ਅਮੀਰ ਗਰੀਬ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਸਰਕਾਰ ਦੁਆਰਾ। ਤੀਸਰਾ ਹੈ ਜਦੋਂ ਲੋਕ ਸਿੱਧੇ ਤੌਰ ਤੇ ਸਰਕਾਰ ਚਲਾਉਂਦੇ ਹਨ ਤਾਂ ਇਸ ਨੂੰ ਪ੍ਰਤੀਨਿਧੀ ਲੋਕਤੰਤਰ ਕਿਹਾ ਜਾਂਦਾ ਹੈ। ਗਲਤ ਇਸ ਨੂੰ ਸਿੱਧਾ ਲੋਕਤੰਤਰ ਕਿਹਾ ਜਾਂਦਾ ਹੈ। ਚੌਥਾ ਹੈ ਜਿਹੜੇ ਲੋਕਤੰਤਰ ਵਿੱਚ ਲੋਕ ਆਪਣੇ ਲਈ ਪ੍ਰਤੀਨਿਧੀ ਚੁਣ ਕੇ ਉਹਨਾਂ ਰਾਹੀਂ ਰਾਜ ਚਲਾਉਂਦੇ ਹਨ ਉਸ ਨੂੰ ਅਸਿੱਧਾ ਲੋਕਤੰਤਰ ਕਿਹਾ ਜਾਂਦਾ ਹੈ। ਸਹੀ ਅਸਿੱਧਾ ਜਾਂ ਪ੍ਰਤੀਨਿਧੀ ਲੋਕਤੰਤਰ ਆਪਾਂ ਇਹਨੂੰ ਕਹਿੰਦੇ ਨੇ। ਹੁਣ ਅਗੇ ਵਧਦੇ ਹਾਂ ਅਗੇ ਸਾਡੇ ਕੋਲ ਇੱਕ ਮਾਈਂਡ ਮੈਪ ਹੈ ਲੋਕਤੰਤਰੀ ਸਰਕਾਰ ਦੇ ਵੱਖ-ਵੱਖ ਰੂਪਾਂ ਬਾਰੇ ਤਾਂ ਲੋਕਤੰਤ ਤੁਹਾਨੂੰ ਪਿਛਲੇ ਲੈਸਨ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਲੋਕਤੰਤਰੀ ਸਰਕਾਰ ਨੂੰ ਅਸੀਂ ਦੋ ਤਰੀਕਿਆਂ ਨਾਲ ਵੱਖ-ਵੱਖ ਰੂਪਾਂ ਵਿੱਚ ਵੰਡਦੇ ਹਾਂ ਤਾਂ ਪਹਿਲਾ ਤਰੀਕਾ ਉਹਦੇ ਵਿੱਚ ਆਪਾਂ ਉਹਦੇ ਰੂਪ ਦੇਖਦੇ ਹਾਂ ਕਿ ਕਿਹੜੇ-ਕਿਹੜੇ ਰੂਪਾਂ ਵਿੱਚ ਵੰਡਦੇ ਹਾਂ ਕਿਹੜਾ-ਕਿਹੜਾ ਸੀ ਪ੍ਰਧਾਨਾਤਮਕ ਲੋਕਤੰਤਰ ਤੇ ਦੂਸਰਾ ਸੰਸਦਾਤਮਕ ਲੋਕਤੰਤਰ ਵੈਰੀ ਗੁੱਡ ਪ੍ਰਧਾਨਾਤਮਕ ਲੋਕਤੰਤਰ ਯਾਨਕੀ ਜਿਹਦੇ ਵਿੱਚ ਰਾਜ ਦੀ ਸਾਰੀ ਸ਼ਕਤੀ ਜਾਂ ਅਸਲੀ ਸ਼ਕਤੀ ਰਾਸ਼ਟਰਪਤੀ ਕੋਲ ਹੁੰਦੀ ਹੈ ਸੰਸਦਾਤਮਕ ਲੋਕਤੰਤਰ ਵਿੱਚ ਰਾਜ ਦੀ ਅਸਲੀ ਸ਼ਕਤੀ ਸੰਸਦ ਕੋਲ ਹੁੰਦੀ ਹੈ ਜਾਂ ਸੰਸਦ ਦੇ ਰਾਹੀਂ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ ਤੇ ਰਾਸ਼ਟਰਪਤੀ ਨਾਮਾਤਰ ਦਾ ਮੁਖੀ ਹੁੰਦਾ ਹੈ ਦੂਸਰੇ ਤਰੀਕੇ ਨਾਲ ਆਪਾਂ ਇਹਦੀ ਵੰਡ ਕਰਦੇ ਹਾਂ ਲੋਕਤੰਤਰ ਦੀ ਪਹਿਲਾ ਸੀ ਸਾਡੇ ਕੋਲ ਇਕਾਤਮਕ ਲੋਕਤੰਤਰ ਔਰ ਦੂਸਰਾ ਹੈ ਸੰਘਾਤਮਕ ਲੋਕਤੰਤਰ ਏਕਾਤਮਕ ਅਤੇ ਸੰਘਾਤਮਕ ਲੋਕਤੰਤਰ ਜਿਹੜੇ ਇਹ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਉੱਪਰ ਆਧਾਰਿਤ ਹਨ ਜਦੋਂ ਕੇਂਦਰ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਹੋਣ ਉਦੋਂ ਉਹਨੂੰ ਇਕਾਤਮਕ ਲੋਕਤੰਤਰ ਕਹ ਦਿੱਤਾ ਜਾਂਦਾ ਤੇ ਜਦੋਂ ਕੇਂਦਰ ਅਤੇ ਰਾਜਾਂ ਵਿੱਚਕਾਰ ਸ਼ਕਤੀਆਂ ਦੀ ਵੰਡ ਹੋਈ ਹੁੰਦੀ ਹੈ ਉਸਨੂੰ ਸੰਘਾਤਮਕ ਲੋਕਤੰਤਰ ਕਹ ਦਿੱਤਾ ਜਾਂਦਾ ਹੈ ਹੁਣ ਆਪਾਂ ਐਕਸਰਸਾਈਜ਼ ਕਰਦੇ ਹਾਂ ਸਹੀ ਮਿਲਾਨ ਕਰੋ ਖੱਬੇ ਹੱਥ ਤੁਸੀਂ ਦੇਖ ਰਹੇ ਹੋ ਕਿ ਚਾਰ ਡੱਬੀਆਂ ਵਿੱਚ ਅਲੱਗ ਜਿਹੜੀਆਂ ਅਲੱਗ-ਅਲੱਗ ਰੰਗਾਂ ਦੀਆਂ ਨੇ ਉਹਨਾਂ ਵਿੱਚ ਚਾਰੇ ਤਰ੍ਹਾਂ ਦੇ ਲੋਕਤੰਤਰ ਦੇ ਨਾਮ ਲਿਖੇ ਹੋਏ ਹਨ ਪ੍ਰਧਾਨਾਤਮਕ ਲੋਕਤੰਤਰ ਸੰਸਦਾਤਮਕ ਲੋਕਤੰਤਰ ਇਕਾਤਮਕ ਲੋਕਤੰਤਰ ਤੇ ਸੰਘਾਤਮਕ ਲੋਕਤੰਤਰ ਸੱਜੇ ਹੱਥ ਜਿਹੜੀਆਂ ਚਾਰ ਡੱਬੀਆਂ ਹਨ ਉਹਨਾਂ ਵਿੱਚ ਕੇਂਦਰ ਅਤੇ ਰਾਜਾਂ ਦੀਆਂ ਬਰਾਬਰ ਸ਼ਕਤੀਆਂ ਕੇਂਦਰ ਕੋਲ ਰਾਜਾਂ ਨਾਲੋਂ ਵਧੇਰੇ ਸ਼ਕਤੀਆਂ ਰਾਸ਼ਟਰਪਤੀ ਅਸਲੀ ਮੁਖੀ ਰਾਸ਼ਟਰਪਤੀ ਨਾਮਾਤਰ ਮੁਖੀ ਹੁਣ ਆਪਾਂ ਖੱਬੇ ਹੱਥ ਪਹਿਲਾ ਜੋ ਪੁਆਇੰਟ ਹੈ ਪ੍ਰਧਾਨਾਤਮਕ ਲੋਕਤੰਤਰ ਉਸ ਦਾ ਆਪਾਂ ਇਧਰ ਵੇਖਦੇ ਹਾਂ ਕਿ ਕਿਸ ਦੇ ਨਾਲ ਮਿਲਦਾ ਹੈ ਰਾਸ਼ਟਰਪਤੀ ਅਸਲੀ ਮੁਖੀ ਦੂਸਰਾ ਹੈ ਸੰਸਦਾਤਮਕ ਲੋਕਤੰਤਰ ਰਾਸ਼ਟਰਪਤੀ ਨਾ ਮਾਤਰ ਦਾ ਮੁਖੀ ਇਕਾਤਮਕ ਲੋਕਤੰਤਰ ਕੇਂਦਰ ਕੋਲ ਰਾਜਾਂ ਨਾਲੋਂ ਵਧੇਰੇ ਸ਼ਕਤੀਆਂ ਸੰਘਾਤਮਕ ਲੋਕਤੰਤਰ ਕੇਂਦਰ ਅਤੇ ਰਾਜਾਂ ਦੀਆਂ ਬਰਾਬਰ ਸ਼ਕਤੀਆਂ ਹੁਣ ਫੇਰ ਸਾਡੇ ਕੋਲ ਇੱਕ ਮਾਈਂਡ ਮੈਪ ਹੈ ਜਿਹੜਾ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਉੱਪਰ ਆਧਾਰਿਤ ਹੈ ਇਹ ਵੀ ਆਪਾਂ ਪਿਛਲੇ ਵੀਡੀਓ ਵਿੱਚ ਡਿਸਕਸ ਕੀਤਾ ਸੀ ਕਿ ਲੋਕਤੰਤਰ ਦੀਆਂ 6 ਵਿਸ਼ੇਸ਼ਤਾਵਾਂ ਹੁੰਦੀਆਂ ਹਨ ਤਾਂ ਇਹਨਾਂ ਵਿੱਚੋਂ ਸਭ ਤੋਂ ਪਹਿਲੀ ਵਿਸ਼ੇਸ਼ਤਾ ਡੈਸ਼ ਨਾਗਰਿਕ ਨਾਗਰਿਕ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਸੂਝਵਾਨ ਨਾਗਰਿਕ ਕਿਉਂਕਿ ਸੂਝਵਾਨ ਨਾਗਰਿਕ ਹੀ ਸੂਝਵਾਨ ਨੇਤਾ ਚੁਣ ਸਕਦੇ ਹਨ ਦੂਸਰਾ ਪੁਆਇੰਟ ਸੀ ਡੈਸ਼ ਨੇਤਾ ਇਮਾਨਦਾਰ ਨੇਤਾ ਅਗਲਾ ਪੁਆਇੰਟ ਲਾਲ ਰੰਗ ਵਿੱਚ ਲਿਖਿਆ ਹੋਇਆ ਹੈ ਅਨੁਸ਼ਾਸਿਤ ਡੈਸ਼ ਅਨੁਸ਼ਾਸਿਤ ਨਾਗਰਿਕ ਹੁਣ ਆਪਾਂ ਨਿਚਲੀ ਲਾਈਨ ਵਿੱਚ ਆ ਜਾਈਏ ਸਭ ਤੋਂ ਥੱਲੇ ਖੱਬੇ ਸਿਧਾਂਤਾਂ ਤੇ ਆਧਾਰਿਤ ਡੈਸ਼ ਰਾਜਨੀਤਿਕ ਦਲ ਇਸ ਦੇ ਨਾਲ ਹੀ ਸਮਾਜਿਕ ਆਰਥਿਕ ਡੈਸ਼ ਸਮਾਨਤਾ ਸਮਾਜਿਕ ਆਰਥਿਕ ਸਮਾਨਤਾ ਔਰ ਲਾਸਟ ਵਿਸ਼ੇਸ਼ਤਾ ਜਿਹੜੀ ਆਖਰੀ ਵਿਸ਼ੇਸ਼ਤਾ ਲੋਕਤੰਤਰ ਦੀ ਲਾਸਟ ਬਟ ਨੋਟ ਲੀਸਟ ਸਹਿਨਸ਼ੀਲਤਾ ਸੋ ਇਹ ਲੋਕਤੰਤਰ ਦੀਆਂ 6 ਵਿਸ਼ੇਸ਼ਤਾਵਾਂ ਹਨ ਹੁਣ ਆਪਾਂ ਐਕਸਰਸਾਈਜ਼ ਖਾਲੀ ਥਾਂ ਮਰੋ ਨੰਬਰ 1 ਡੈਸ਼ ਨਾਗਰਿਕ ਹੀ ਸੂਝਵਾਨ ਪ੍ਰਤੀਨਿਧੀਆਂ ਦੀ ਚੋਣ ਕਰ ਸਕਦੇ ਹਨ ਹਰੇਕ ਖਾਲੀ ਥਾਂ ਦੇ ਹੇਠਾਂ ਦੋ ਆਪਸ਼ਨ ਦਿੱਤੇ ਹੋਏ ਆ ਲਾਲ ਰੰਗ ਦੇ ਵਿੱਚ ਆਪਾਂ ਇਹਨਾਂ ਵਿੱਚੋਂ ਇੱਕ ਚੁਣਨਾ ਠੀਕ ਹੈ ਸੋ ਪਹਿਲੇ ਇਹਦੇ ਵਿੱਚ ਆਪਣੇ ਕੋਲ ਆਪਸ਼ਨਸ ਹੈ ਕਿ ਸੂਝਵਾਨ ਜਾਂ ਮੂਰਖ ਵੀ ਸੂਝਵਾਨ ਨਾਗਰਿਕ ਸੂਝਵਾਨ ਪ੍ਰਤੀਨਿਧੀਆਂ ਦੀ ਚੋਣ ਕਰ ਸਕਦੇ ਕਰ ਸਕਦੇ ਹਨ ਕਿ ਮੂਰਖ ਸੂਝਵਾਨ ਨਾਗਰਿਕ ਅਗਲਾ ਪੁਆਇੰਟ ਹੈ ਡੈਸ਼ ਨੇਤਾ ਹੀ ਆਪਣੇ ਦੇਸ਼ ਪ੍ਰਤੀ ਜ਼ਿੰਮੇਵਾਰੀ ਨੂੰ ਸੁਚੱਜਤਾ ਨਾਲ ਨਿਭਾ ਸਕਦੇ ਹਨ ਬੇਈਮਾਨ ਜਾਂ ਇਮਾਨਦਾਰ ਇਮਾਨਦਾਰ ਨੇਤਾ ਨੰਬਰ 3 ਲੋਕਤੰਤਰ ਦੀ ਕਾਮਯਾਬੀ ਲਈ ਸਾਨੂੰ ਦੂਜਾਂ ਦੇ ਵਿਚਾਰਾਂ ਦਾ ਡੈਸ਼ ਕਰਨਾ ਚਾਹੀਦਾ ਹੈ ਵਿਰੋਧ ਕਰਨਾ ਚਾਹੀਦਾ ਹੈ ਜਾਂ ਆਦਰ ਆਦਰ ਕਰਨਾ ਚਾਹੀਦਾ ਹੈ ਨੰਬਰ 4 ਰਾਜਨੀਤਿਕ ਦਲ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਦੱਸ ਕੇ ਡੈਸ਼ ਬਣਾਉਣ ਵਿੱਚ ਸਹਾਇੀ ਹੁੰਦੇ ਹਨ ਲੜਾਈ ਬਣਾਉਣ ਵਿੱਚ ਜਾਂ ਲੋਕ رائے ਲੋਕ رائے ਬਣਾਉਣ ਵਿੱਚ ਸਹਾਇੀ ਹੁੰਦੇ ਹਨ ਨੰਬਰ 5 ਲੋਕਤੰਤਰ ਵਿੱਚ ਲਿੰਗ ਜਾਤ ਧਰਮ ਭਾਸ਼ਾ ਆਦਿ ਕਿਸੇ ਵੀ ਆਧਾਰ ਤੇ ਕੋਈ ਡੈਸ਼ ਨਹੀਂ ਕੀਤਾ ਜਾਂਦਾ ਸੌਦਾ ਜਾਂ ਵਿਤਕਰਾ ਵਿਤਕਰਾ ਨਹੀਂ ਕੀਤਾ ਜਾਂਦਾ ਔਰ ਲਾਸਟ ਹੈ ਡੈਸ਼ ਲੋਕਤੰਤਰ ਦੀ ਸਫਲਤਾ ਦੇ ਲਈ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਅਸਹਿਣਸ਼ੀਲਤਾ ਜਾਂ ਸਹਿਣਸ਼ੀਲਤਾ ਸਹਿਣਸ਼ੀਲਤਾ ਵੈਰੀ ਗੁੱਡ ਜੇ ਅਸੀਂ ਅੱਗੇ ਵਧਦੇ ਹਾਂ ਸਹੀ ਜਾਂ ਗਲਤ ਚੋਂ ਪਹਿਲਾ ਵਾਕ ਹੈ ਜੀ ਸਾਡੇ ਦੇਸ਼ ਵਿੱਚ ਸਰਕਾਰ ਦਾ ਨਾ ਮਾਤਰ ਮੁਖੀ ਰਾਸ਼ਟਰਪਤੀ ਹੈ ਹਾਂਜੀ ਸਹੀ ਹੈ ਜਾਂ ਗਲਤ ਹੈ ਸਹੀ ਹੈ ਦੂਸਰਾ ਲੋਕਤੰਤਰੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦੀ ਲੋਕਤੰਤਰੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦੀ ਇਹ ਵਾਕ ਗਲਤ ਹੈ ਅਗਲਾ ਪੁਆਇੰਟ ਸੰਘਾਤਮਕ ਕਿਸਮ ਦੀ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਸੰਘਾਤਮਕ ਕਿਸਮ ਦੀ ਸਰਕਾਰ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਹੈ ਸਹੀ ਅਗਲਾ ਪੁਆਇੰਟ ਲੋਕਤੰਤਰੀ ਰਾਜ ਵਿੱਚ ਲੋਕਾਂ ਨਾਲ ਵਿਤਕਰਾ ਹੁੰਦਾ ਹੈ ਗੱਲ ਹੁਣ ਆਪਾਂ ਅੱਗੇ ਵਧਦੇ ਹਾਂ ਲੋਕਤੰਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਵੱਧ ਹਰਮਨ ਪਿਆਰੀ ਹੈ ਸਹੀ ਅਗਲੀ ਐਕਸਰਸਾਈਜ਼ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਕੁਝ ਖਾਲੀ ਥਾਵਾਂ ਦਿੱਤੀਆਂ ਹੋਈਆਂ ਹਨ ਅਤੇ ਬਿਲਕੁਲ نیچے ਲਾਲ ਰੰਗ ਦੇ ਵਿੱਚ ਅੱਖਰਾਂ ਵਿੱਚ ਕੁਝ ਸ਼ਬਦ ਲਿਖੇ ਹੋਏ ਹਨ ਆਪਾਂ ਇਹਨਾਂ ਖਾਲੀ ਥਾਵਾਂ ਵਿੱਚ ਇਹਨਾਂ ਸ਼ਬਦਾਂ ਵਿੱਚੋਂ ਹੀ ਸ਼ਬਦ ਚੁਣ ਕੇ ਭਰਨੇ ਹਨ ਇੱਕ ਵਾਰੀ ਤੁਸੀਂ ਲਾਲ ਰੰਗ ਵਾਲੇ ਸਾਰੇ ਸ਼ਬਦਾਂ ਨੂੰ ਪੜ੍ਹ ਲਓ ਸੁਤੰਤਰ ਬਹੁਮਤ ਸ਼ਾਨ ਮਤਪੇਦਾ ਸਮਾਨ ਕਾਨੂੰਨ ਵੋਟ ਹੁਣ ਆਪਾਂ ਇੱਕ ਇੱਕ ਕਰਕੇ ਖਾਲੀ ਥਾਵਾਂ ਭਰਦੇ ਹਾਂ ਪਹਿਲੀ ਹੈ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਡੈਸ਼ ਹੁੰਦੇ ਹਨ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਇਹ ਨੀਚੇ ਵਾਲੇ ਸ਼ਬਦਾਂ ਚੋਂ ਕਿਹੜਾ ਹੋਊਗਾ ਸਮਾਨ ਹੁੰਦੇ ਹਨ ਲੋਕਤੰਤਰ ਵਿੱਚ ਲੋਕ ਕੋਈ ਵੀ ਕੀਤਾ ਅਪਣਾਉਣ ਲਈ ਡੈਸ਼ ਹੁੰਦੇ ਹਨ ਲੋਕ ਕੋਈ ਵੀ ਕੀਤਾ ਅਪਣਾਉਣ ਲਈ ਸੁਤੰਤਰ ਹੁੰਦੇ ਹਨ ਸੰਸਦ ਵਿੱਚ ਡੈਸ਼ ਪ੍ਰਾਪਤ ਦਲ ਦੀ ਸਰਕਾਰ ਬਣਾਈ ਜਾਂਦੀ ਹੈ ਸੰਸਦ ਵਿੱਚ ਬਹੁਮਤ ਪ੍ਰਾਪਤ ਦਲ ਦੀ ਸਰਕਾਰ ਬਣਾਈ ਜਾਂਦੀ ਹੈ ਯਾਨੀ ਕਿ ਜਿਨ੍ਹਾਂ ਦੇ ਜਿਹੜੇ ਦਲ ਦੇ ਮੈਂਬਰ ਜ਼ਿਆਦਾ ਹੁੰਦੇ ਹਨ ਲੋਕਤੰਤਰ ਵਿੱਚ ਕੋਈ ਵੀ ਵੋਟਰ ਕਿਸੇ ਵੀ ਡੈਸ਼ ਬਣਾਉਣ ਵਾਲੀ ਸੰਸਥਾ ਲਈ ਚੋਣ ਲੜ ਸਕਦਾ ਹੈ ਜਾਂ ਡੈਸ਼ ਪਾ ਸਕਦਾ ਹੈ। ਪਹਿਲਾਂ ਆਪਾਂ ਪਹਿਲੀ ਖਾਲੀ ਥਾਂ ਵੇਖਦੇ ਹਾਂ। ਕੋਈ ਵੀ ਵੋਟਰ ਕਿਸੇ ਵੀ ਡੈਸ਼ ਬਣਾਉਣ ਵਾਲੀ ਸੰਸਥਾ ਲਈ ਚੋਣ ਬਣ ਸਕਦਾ ਲੜ ਸਕਦਾ ਹੈ। ਇਹਨਾਂ ਵਿੱਚੋਂ ਕਿਹੜੀ ਗੱਲ ਆਉਗੀ? ਕੀ ਬਣਾਉਣ ਵਾਲੀ ਕਾਨੂੰਨ ਬਣਾਉਣ ਵਾਲੀ ਸੰਸਥਾ। ਜਾਂ ਡੈਸ਼ ਪਾ ਸਕਦਾ ਹੈ। ਆਪਾਂ ਚੋਣ ਦੇ ਵਿੱਚ ਜਾਂ ਇਲੈਕਸ਼ਨ ਵਿੱਚ ਕੀ ਪਾਉਨੇ ਆ? ਵੋਟ। ਵੈਰੀ ਗੁੱਡ। ਲੋਕਤੰਤਰ ਵਿੱਚ ਵਿਚਾਰਧਾਰਕ ਡੈਸ਼ ਨੂੰ ਖੁੱਲ੍ਹਦਲੀ ਨਾਲ ਸਵੀਕਾਰਿਆ ਜਾਂਦਾ ਹੈ। ਵਿਚਾਰਧਾਰਕ ਮਤਪੇਦਾਂ ਨੂੰ ਔਰ ਆਖਰੀ ਪੁਆਇੰਟ ਹੈ ਲੋਕਤੰਤਰ ਵਿੱਚ ਮਨੁੱਖੀ ਡੈਸ਼ ਅਤੇ ਗੌਰਵ ਵਿੱਚ ਵਾਧਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਮਨੁੱਖੀ ਸ਼ਾਨ ਵੈਰੀ ਗੁੱਡ ਹੁਣ ਆਪਾਂ ਅੱਗੇ ਵਧਦੇ ਹਾਂ ਸਹੀ ਜਵਾਬ ਚੁਣੋ ਤਾਂ ਤੁਹਾਡੇ ਸਾਹਮਣੇ ਇੱਕ ਪ੍ਰਸ਼ਨ ਹੈ ਉਸ ਦੇ ਨੀਚੇ ਚਾਰ ਆਪਸ਼ਨਸ ਦਿੱਤੇ ਗਏ ਆ ਇਹਨਾਂ ਚਾਰਾਂ ਵਿੱਚੋਂ ਆਪਾਂ ਇੱਕ ਚੁਣਨਾ ਜਿਹੜਾ ਤੁਹਾਨੂੰ ਸਹੀ ਲੱਗਦਾ ਪ੍ਰਸ਼ਨ ਹੈ ਫਰਾਂਸ ਦੀ ਕ੍ਰਾਂਤੀ ਕਿਸ ਸਦੀ ਵਿੱਚ ਆਈ ਉੜਾ 18ਵੀਂ ਸਦੀ ਆੜਾ 18ਵੀਂ ਸਦੀ ਈਡੀ 16ਵੀਂ ਸਦੀ ਜਾਂ ਸਸਾ ਇਹਨਾਂ ਵਿੱਚੋਂ ਕੋਈ ਨਹੀਂ ਫਰਾਂਸ ਦੀ ਕ੍ਰਾਂਤੀ ਕਦੋਂ ਆਈ ਸੀ 18ਵੀਂ ਸਦੀ ਇਹਦਾ ਸਹੀ ਉੱਤਰ ਹੈ 18ਵੀਂ ਸਦੀ ਦੂਸਰਾ ਪ੍ਰਸ਼ਨ ਆਇਆ ਆਪਣੇ ਸਾਹਮਣੇ ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਚਾਰ ਆਪਸ਼ਨਸ ਹਨ ਆਪਣੇ ਉੜਾ ਤਾਨਾਸ਼ਾਹੀ ਸਰਕਾਰ ਆੜਾ ਲੋਕਤੰਤਰੀ ਸਰਕਾਰ ਈਡੀ ਸੈਨਿਕ ਸਰਕਾਰ ਸਸਾ ਇਹ ਸਾਰੇ ਕਿਹੜੀ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਲੋਕਤੰਤਰੀ ਸਰਕਾਰ ਤੀਸਰਾ ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਚਾਰ ਆਪਸ਼ਨਸ ਹਨ ਸਾਡੇ ੳ 4 ਅ 5 ੲ 2 ਸ 3 ਸੰਸਦੀ ਲੋਕਤੰਤਰੀ ਸਰਕਾਰ ਦੇਸ਼ ਦੇ ਮੁਖੀ ਦੀ ਗੱਲ ਹੈ ਦੋ ਪ੍ਰਕਾਰ ਦੇ ਇੱਕ ਦੇਸ਼ ਦਾ ਅਸਲੀ ਮੁਖੀ ਤੇ ਇੱਕ ਨਾਮਾਤਰ ਮੁਖੀ ਇੱਕ ਪ੍ਰਧਾਨ ਮੰਤਰੀ ਤੇ ਇੱਕ ਰਾਸ਼ਟਰਪਤੀ ਚੌਥਾ ਸਾਡੇ ਦੇਸ਼ ਵਿੱਚ ਰਾਜ ਸਰਕਾਰ ਦਾ ਨਾ ਮਾਤਰਾ ਦਾ ਮੁਖੀ ਕੌਣ ਹੈ ਰਾਜ ਸਰਕਾਰ ਜਾਨਕੀ ਸਾਡੇ ਦੇਸ਼ ਨੂੰ ਵੱਖ-ਵੱਖ ਰਾਜਾਂ ਵਿੱਚ ਵੰਡਿਆ ਹੋਇਆ ਹੈ ਨਾ ਪੰਜਾਬ ਹਰਿਆਣਾ ਰਾਜਸਥਾਨ ਵਗੈਰਾ ਆਪਾਂ ਇਹ ਦੇਖਣਾ ਕਿ ਉਹਨਾਂ ਰਾਜਾਂ ਦਾ ਨਾ ਮਾਤਰਾ ਦਾ ਮੁਖੀ ਕੌਣ ਹੈ ਸਾਡੇ ਆਪਸ਼ਨਸ ਹਨ ਉੜਾ ਰਾਜਪਾਲ ਅੜਾ ਮੁੱਖ ਮੰਤਰੀ ਈਡੀ ਮੇਅਰ ਜਾਂ ਸਸਾ ਕੋਈ ਨਹੀਂ ਉੜਾ ਰਾਜਪਾਲ ਅਗਲਾ ਹੈ ਸਾਡੇ ਕੋਲ ਭਾਰਤ ਵਿੱਚ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਕੌਣ ਹੈ ਹੁਣ ਆਪਾਂ ਭਾਰਤ ਸਰਕਾਰ ਦਾ ਅਸਲੀ ਮੁਖੀ ਕੇਂਦਰ ਜਿਹੜਾ ਹੈ ਸਾਡਾ ਉਹਦੀ ਸਰਕਾਰ ਦਾ ਅਸਲੀ ਮੁਖੀ ਵੇਖਣਾ ਉਹੜਾ ਰਾਸ਼ਟਰਪਤੀ ਆੜਾ ਪ੍ਰਧਾਨ ਮੰਤਰੀ ਈੜੀ ਰਾਜਪਾਲ ਸਸਾ ਇਹਨਾਂ ਵਿੱਚੋਂ ਕੋਈ ਨਹੀਂ ਉਹ ਹੈ ਜੀ ਆੜਾ ਪ੍ਰਧਾਨ ਮੰਤਰੀ ਹੁਣ ਆਪਾਂ ਅੱਗੇ ਵਧਦੇ ਹਾਂ ਖਾਲੀ ਥਾਵਾਂ ਭਰੋ ਲੋਕਤੰਤਰ ਡੈਸ਼ ਦੀ ਆਪਣੀ ਸਰਕਾਰ ਹੁੰਦੀ ਹੈ ਹਾਂਜੀ ਕਿਹਦੀ ਹੁੰਦੀ ਹੈ ਸਰਕਾਰ ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ ਦੂਜਾ ਲੋਕਤੰਤਰੀ ਸਰਕਾਰ ਦਾ ਇੱਕ ਮੂਲ ਆਧਾਰ ਡੈਸ਼ ਹੈ ਲੋਕਤੰਤਰ ਦਾ ਮੂਲ ਆਧਾਰ ਲੋਕ ਇੱਛਾ ਯਾਨੀ ਕਿ ਲੋਕਾਂ ਦੀ ਇੱਛਾ ਤੀਸਰਾ ਡੈਸ਼ ਲੋਕਤੰਤਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈ ਲੋਕਤੰਤਰ ਦੀ ਸਭ ਤੋਂ ਜੀਤੇ ਬਿਨਾਂ ਲੋਕਤੰਤਰ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਉਹ ਹੈ ਸਮਾਨਤਾ ਬਰਾਬਰੀ ਚੌਥਾ ਜੀ ਆਧੁਨਿਕ ਸਮੇਂ ਵਿੱਚ ਡੈਸ਼ ਅਧਿਕਾਰਾਂ ਦਾ ਬਹੁਤ ਮਹੱਤਵ ਹੈ ਮਨੁੱਖੀ ਅਧਿਕਾਰਾਂ ਦਾ ਕਿਉਂਕਿ ਲੋਕਤੰਤਰ ਮਨੁੱਖੀ ਅਧਿਕਾਰਾਂ ਦੇ ਉੱਪਰ ਆਧਾਰਿਤ ਕੀਤਾ ਹੈ ਕਾਨੂੰਨ ਦੀ ਨਜ਼ਰ ਵਿੱਚ ਸਭ ਡੈਸ਼ ਹੁੰਦੇ ਹਨ ਕਾਨੂੰਨ ਦੀ ਨਜ਼ਰ ਵਿੱਚ ਸਭ ਬਰਾਬਰ ਹੁੰਦੇ ਹਨ ਕੋਈ ਵੱਡਾ ਛੋਟਾ ਨਹੀਂ ਹੁੰਦਾ ਹੁਣ ਅੱਗੇ ਸਾਡੇ ਕੋਲ ਐਕਸਰਸਾਈਜ਼ ਹੈ ਮਿਲਾਨ ਕਰੋ ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਦੋ ਕਾਲਮ ਹਨ ਤੁਹਾਡੇ ਸਾਹਮਣੇ ੳ და ਅ ੳ ਦੇ ਵਿੱਚ ਖੱਬੇ ਹੱਥ ਦੇਖੋ ਤੁਹਾਡੇ ਕੋਲ 5 ਇਹਨਾਂ ਲਿਖੀਆਂ ਹੋਈਆਂ ਹਨ ਲੋਕਤੰਤਰੀ ਗਣਰਾਜ ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਦਾ ਰਾਸ਼ਟਰਪਤੀ ਸਮਾਨਤਾ ਕੋਮਾ ਸਵਤੰਤਰਤਾ ਲੋਕਮਤ ਸੱਜੇ ਹੱਥ ਆੜਾ ਦੇ નીચે ਲਿਖਿਆ ਹੋਇਆ ਅਸਲੀ ਮੁਖੀ ਭਾਰਤ ਨਾਮਾਤਰ ਮੁਖੀ ਲੋਕ ਇੱਛਾ ਲੋਕਤੰਤਰੀ ਸਰਕਾਰ ਹੁਣ ਆਪਾਂ ਇਹਨਾਂ ਦੇ ਮਿਲਾਨ ਕਰਨੇ ਆਪਸ ਦੇ ਵਿੱਚ ਵੀ ਕਿ ਕਿਹੜਾ ਕਿਸ ਨਾਲ ਮਿਲਦਾ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਆਪਸ਼ਨ ਹੈ ਊੜਾ ਦੇ નીચે ਲੋਕਤੰਤਰੀ ਗਣਰਾਜ ਉਹ ਆਪਾਂ ਦੇਖਦੇ ਹਾਂ ਭਾਰਤ ਵੈਰੀ ਗੁੱਡ ਭਾਰਤ ਦਾ ਪ੍ਰਧਾਨ ਮੰਤਰੀ ਅਸਲੀ ਮੁਖੀ ਭਾਰਤ ਦਾ ਰਾਸ਼ਟਰਪਤੀ ਨਾਮਾਤਰ ਮੁਖੀ ਸਮਾਨਤਾ ਤੇ ਸੁਤੰਤਰਤਾ ਲੋਕਤੰਤਰੀ ਸਰਕਾਰ ਦੇ ਵਿੱਚ ਹੁੰਦੇ ਨੇ ਤੇ ਲੋਕਮਤ ਯਾਨੀ ਕਿ ਲੋਕ ਇੱਛਾ ਹੁਣ ਆਪਾਂ 7ਵੀਂ ਜਮਾਤ ਦੀ ਸਮਾਜਿਕ ਵਿਦਿਆਰਥੀ ਪਾਠ ਪੁਸਤਕ ਦੇ ਵਿੱਚੋਂ ਕੁਝ ਪ੍ਰਸ਼ਨ ਕਰਾਂਗੇ ਤਾਂ ਪਹਿਲਾ ਪ੍ਰਸ਼ਨ ਹੈ ਲੋਕਤੰਤਰੀ ਸਰਕਾਰ ਤੋਂ ਕੀ ਭਾਵ ਹੈ ਉੱਤਰ ਲੋਕਤੰਤਰੀ ਸਰਕਾਰ ਤੋਂ ਭਾਵ ਹੈ ਲੋਕਾਂ ਦੀ ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਲੋਕਤੰਤਰੀ ਭਾ ਸਰਕਾਰ ਤੋਂ ਭਾਵ ਹੈ ਲੋਕਾਂ ਦੀ ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਪ੍ਰਸ਼ਨ ਨੰਬਰ 2 ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ ਜਦਾ ਉੱਤਰ ਹੈ ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਸਰਕਾਰ ਲੋਕਾਂ ਦੁਆਰਾ ਬਣਾਏ ਕਾਨੂੰਨ ਰਾਹੀਂ ਚਲਾਈ ਜਾਣੀ ਚਾਹੀਦੀ ਹੈ ਪ੍ਰਸ਼ਨ ਨੰਬਰ 10 ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ ਉੱਤਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਹੀ ਲੋਕ ਸਰਕਾਰ ਬਣਾਉਣ ਲਈ ਆਪਣੇ ਨੁਮਾਇੰਦੇ ਚੁਣ ਸਕਦੇ ਹਨ ਨੰਬਰ 4 ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ ਉੱਤਰ ਪ੍ਰਧਾਨਾਤਮਕ ਸਰਕਾਰ ਵਿੱਚ ਦੇਸ਼ ਦਾ ਅਸਲੀ ਮੁਖੀ ਰਾਸ਼ਟਰਪਤੀ ਹੁੰਦਾ ਹੈ ਅਤੇ ਉਹ ਲੋਕਾਂ ਦੁਆਰਾ ਸਿੱਧੇ ਤੌਰ ਤੇ ਚੁਣਿਆ ਜਾਂਦਾ ਹੈ ਪੰਜਵਾਂ ਪ੍ਰਸ਼ਨ ਲੋਕਤੰਤਰ ਵਿੱਚ ਲੋਕਮਤ ਦਾ ਕੀ ਮਹੱਤਵ ਹੈ ਉੱਤਰ ਲੋਕਤੰਤਰ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਫੈਸਲਾ ਲੋਕਾਂ ਦੀ ਇੱਛਾ ਅਨੁਸਾਰ ਕੀਤਾ ਜਾਂਦਾ ਹੈ ਇਸ ਲਈ ਲੋਕਤੰਤਰ ਵਿੱਚ ਲੋਕਮਤ ਜਾਂ ਲੋਕਾਂ ਦੀ ਇੱਛਾ ਦਾ ਬਹੁਤ ਮਹੱਤਵ ਹੈ। ਆਖਰੀ ਪ੍ਰਸ਼ਨ ਕਿਹੜੇ ਦੇਸ਼ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ? ਤੁਹਾਨੂੰ ਯਾਦ ਹੋਵੇਗਾ ਸਵਿਟਜ਼ਰਲੈਂਡ ਵਿੱਚ। ਤਾਂ ਬੱਚਿਓ ਖਾਲੀ ਥਾਵਾਂ ਧਰੋ। ਨੰਬਰ 1 ਭਾਰਤ ਇੱਕ ਡੈਸ਼ ਗਨਰਾਜ ਹੈ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਨੰਬਰ 2 ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮਾਤਰ ਦਾ ਮੁਖੀ ਡੈਸ਼ ਹੈ ਅਤੇ ਰਾਜ ਸਰਕਾਰਾਂ ਦੇ ਨਾਮਾਤਰ ਦੇ ਮੁਖੀ ਡੈਸ਼ ਹੁੰਦੇ ਹਨ। ਤਾਂ ਪਹਿਲਾਂ ਵੇਖਾਂਗੇ ਕੇਂਦਰੀ ਸਰਕਾਰ ਦਾ ਨਾਮਾਤਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਰਾਜ ਸਰਕਾਰਾਂ ਦੇ ਨਾਮਾਤਰ ਦੇ ਮੁਖੀ ਰਾਜਪਾਲ ਹੁੰਦੇ ਹਨ। ਨੰਬਰ 3 ਲੋਕਤੰਤਰ ਦਾ ਆਰੰਭ ਡੈਸ਼ ਦੇ ਸ਼ਹਿਰ ਡੈਸ਼ ਵਿੱਚ ਹੋਇਆ ਤਾਂ ਪਹਿਲਾਂ ਦੇਸ਼ ਦਾ ਨਾਮ ਦੱਸਾਂਗੇ ਆਪਾਂ ਯੂਨਾਨ ਦੇ ਸ਼ਹਿਰ ਏਥਨਸ ਵਿੱਚ ਹੋਇਆ ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਏਥਨਸ ਵਿੱਚ ਹੋਇਆ ਨੰਬਰ 4 ਡੈਸ਼ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ ਆਪਾਂ ਪਿਛਲੀ ਸਲਾਈਡ ਤੇ ਲਾਸਟ ਕੁਐਸਚਨ ਵੀ ਸੀ ਨਾ ਆਪਣਾ ਕਿਹੜੇ ਦੇਸ਼ ਵਿੱਚ ਸਿੱਧਾ ਲੋਕਤੰਤਰ ਹੈ ਜੀ ਵੀ ਸਵਿਟਜ਼ਰਲੈਂਡ ਨੰਬਰ 5 ਲੋਕਤੰਤਰ ਦੇ ਮੁਢਲੇ ਆਦਰਸ਼ ਡੈਸ਼ ਅਤੇ ਡੈਸ਼ ਹਨ ਸਮਾਨਤਾ ਅਤੇ ਸੁਤੰਤਰਤਾ ਲੋਕਤੰਤਰ ਦੇ ਮੁਢਲੇ ਆਦਰਸ਼ ਸਮਾਨਤਾ ਅਤੇ ਸੁਤੰਤਰਤਾ ਹਨ ਅਗਲੀ ਐਕਸਰਸਾਈਜ਼ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਤਾਂ ਪਹਿਲਾ ਵਾਕ ਹੈ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਇਹ ਠੀਕ ਹੈ ਜਾਂ ਗਲਤ ਹੈ? ਇਹ ਠੀਕ ਹੈ, ਸਹੀ ਹੈ। ਨੰਬਰ 2 ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਠੀਕ ਹੈ ਜਾਂ ਗਲਤ ਹੈ? ਇਹ ਵੀ ਠੀਕ ਹੈ। ਨੰਬਰ 3 ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ। ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਪ੍ਰਾਪਤ ਹੈ ਗਲਤ ਸਾਰਿਆਂ ਨੂੰ ਹੀ ਪ੍ਰਾਪਤ ਹੈ ਸਾਰੇ ਬਾਲਗਾਂ ਨੂੰ ਨੰਬਰ 4 ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ ਸਹੀ ਨੰਬਰ 5 ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਵਿੱਚ ਹੋਈ ਸੀ ਗਲਤ ਹੁਣ ਆਪਾਂ ਅੱਗੇ ਵਧਦੇ ਹਾਂ ਸਹੀ ਵਿਕਲਪ ਚੁਣੋ ਪਹਿਲਾ ਪ੍ਰਸ਼ਨ ਦਿੱਤਾ ਹੋਇਆ ਹੈ ਉਹਦੇ ਤਿੰਨ ਆਪਸ਼ਨਸ ਹਨ ਪ੍ਰਸ਼ਨ ਹੈ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਕਿਸ ਦਾ ਕਥਨ ਹੈ ਤੁਹਾਡੇ ਆਪਸ਼ਨਸ ਹਨ ਨੰਬਰ 1 ਇਬਰਾਹਿਮ ਲਿੰਕਨ ਨੰਬਰ 2 ਲਾਸਕੀ ਨੰਬਰ 3 ਡੇਵਿਡ ਈਸਟਰਨ ਤਾਂ ਕਿਸ ਨੇ ਕਿਹਾ ਸੀ ਇਹ ਇਬਰਾਹਿਮ ਲਿੰਕਨ ਅਗਲਾ ਸਵਾਲ ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਨੰਬਰ 1 ਤਾਨਾਸ਼ਾਹੀ ਨੰਬਰ 2 ਲੋਕਤੰਤਰੀ ਨੰਬਰ 3 ਸੈਨਿਕ ਸ਼ਾਸਨ ਲੋਕਤੰਤਰੀ ਤੀਸਰਾ ਸਵਾਲ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਿੰਨ ਆਪਸ਼ਨਸ ਹਨ ਪਹਿਲਾ ਹੈ 4 ਦੂਜਾ 5 ਤੀਸਰਾ 2 ਦੋ ਪ੍ਰਕਾਰ ਦੇ ਹੁੰਦੇ ਹਨ ਤਾਂ ਬੱਚਿਓ ਇਸ ਦੇ ਨਾਲ ਹੀ ਅੱਜ ਦਾ ਇਹ ਪਾਠ ਇੱਥੇ ਹੀ ਖਤਮ ਹੁੰਦਾ ਹੈ ਮੈਨੂੰ ਉਮੀਦ ਹੈ ਤੁਸੀਂ ਇਸ ਪਾਠ ਵਿੱਚ ਕਾਫੀ ਕੁਝ ਸਿੱਖਿਆ ਹੋਵੇਗਾ ਤੇ ਆਪਣੀਆਂ ਕਾਪੀਆਂ ਉੱਪਰ ਨੋਟ ਵੀ ਕੀਤਾ ਹੋਵੇਗਾ ਤਾਂ ਇਸ ਨੂੰ ਬਾਰ-ਬਾਰ ਦੁਹਰਾਉਂਦੇ ਰਹਿਣਾ ਹੈ ਜਦੋਂ ਵੀ ਤੁਹਾਨੂੰ ਕੋਈ ਕਿਸੇ ਚੀਜ਼ ਦਾ ਭੁਲੇਖਾ ਲੱਗੇ ਤਾਂ ਇਸ ਵੀਡੀਓ ਨੂੰ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ